मन रे मन रे मन रे सच कहो विचारा सच कहो विचारा मन रे मन रे मन रे सच्चा गहो विचारा सच्चा गहो विचारा राम नाम बिन मिथ्या मानो राम नाम बिन मिथ्या मानो सगरो ए संसारा राम नाम बिन मिथ्या मनो सगरो संसारा मन रे मन रे मन रे सच्चा गहो जाको जोगी खोजते हारे जाको जोगी खोजते हारा
ਨਾਨਕ ਸ਼ਰਨ ਪਰਿਆ ਜਗ ਬੰਦਨ ਰੱਖਾ ਬਿਰਦੇ ਤੁਮਾਰਾ ਰੱਖਾ ਬਿਰਦੇ ਤੁਮਾਰਾ ਸੱਚਾ
सच्चा गहो बिचारा खूब 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 तेरो नाम झूठ 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 दुनी कुमार झूठा ए है पसारा राम नाम बिन मिथ्या नाम झूठा ए संसारा सगरो ए संसारा ए जो दुनिया शहर मेला दुनिया शेर मेला दस्तगिरी नाय सच्चा गो बिचारा उमन मैं तेरे नाल गल्लां करना चाहना क्योंकि जे मन बदल जाए तो पूरा समाज बदल जाता है। मन बदल जाए आहार विहार विचार सब कुछ बदल जाता है। इसलिए जरूरत है मन नाल दो गल्लां करन दी। गुरबाणी विच थां थां मन नूं संबोधन कीता गया है, बल्कि इत्थों तक आख दिता गया कि तन तां इक दरवाजा ही है। असल विच जीवन दे सारा दारो मदार जेड़ा है उनका घर तां मन है। इसलिए भलिया मन नूं संबोधन करके कुछ समझा सके तां समझा ले। गुरु तेग बहादुर पातशाह जी ने अपनी रचना तो अज दे शब्द द्वारा मन नू संबोधन कीता है। पर एक गल समझाण ले, हे मन मैं तैनू जो आखना चाहना वो सच है क्या? फिर नहीं अंदाजे नहीं सच आख रहा
ਇਹਨੂੰ ਪੱਲੇ ਬੰਨ ਲੈ। ਗਹੋ ਦਾ ਮਤਲਬ ਹੁੰਦਾ ਗਹਿ ਲੈਣਾ, ਪਕੜ ਲੈਣਾ, ਪੱਲੇ ਬੰਨ ਲੈਣਾ। ਮੇਰੀ ਗੱਲ ਪੱਲੇ ਬੰਨ ਲੈ। ਉਹ ਇਹ ਕਿ ਬਿਨਾਂ ਪ੍ਰਭੂ ਦੇ ਗੁਣਾਂ ਦੇ, ਨਾਮ ਦੇ, ਸਾਰਾ ਸੰਸਾਰ ਜਿਹੜਾ ਇਹ ਮਿੱਥਿਆ। ਲਓ ਇਹ ਸੱਚੀ ਸੱਚ ਦੀ ਗੱਲ ਕਿਹੜੀ ਹੈ? ਪਰ ਇੱਕ ਖਿਆਲ ਕਰਿਓ, ਇਸ ਗੱਲ ਲਈ ਸਾਨੂੰ ਕਿਸੇ ਐਗਜ਼ਾਮਪਲ ਜਾਂ ਉਦਾਹਰਣ ਦੀ ਲੋੜ ਨਹੀਂ ਵੀ ਸਾਨੂੰ ਸਮਝਾਉਣ ਵਾਸਤੇ ਕੋਈ ਐਗਜ਼ਾਮਪਲ ਦੇਵੇ। ਅਸੀਂ ਰੋਜ਼ ਜੀਵਨ ਵਿੱਚ ਦੇਖ ਸਕਦੇ ਹਾਂ। ਮਿੱਥਿਆ ਦਾ ਮਤਲਬ ਹੁੰਦਾ ਹਮੇਸ਼ਾ ਨਾ ਰਹਿਣ ਵਾਲਾ, ਝੂਠ, ਬਨਾਵਟ। ਜਿਵੇਂ ਆਪਣੀ ਰਸਨਾ ਤੋਂ ਭਾਈ ਗੁਰਦਾਸ ਨੇ ਐਗਜ਼ਾਮਪਲ ਦਿੱਤੀਆਂ ਨੇ, ਉਹ ਕਹਿੰਦਾ ਥਲ ਵਿੱਚ ਤੱਪਣ ਭੱਠੀਆਂ ਕਿਉਂ ਲਹੇ ਪਿਆਸਾ, ਥਲਾਂ ਵਿੱਚ ਗਰਮੀਆਂ ਦੇ ਦਿਹਾੜੇ ਵਿੱਚ ਚਮਕ ਨਾਲ ਦੂਰੋਂ ਰੇਤ ਇਉਂ ਤਪਦੀ ਦਿਸਦੀ ਹੈ ਜਿਵੇਂ ਪਾਣੀ ਦਾ ਦਰਿਆ ਵਗਦਾ। ਪਰ ਜੇ ਕੋਈ ਪਿਆਸਾ ਜਿਹਨੂੰ ਪਾਣੀ ਦੀ ਲੋੜ ਹੋਵੇ, ਉਹ ਉਸ ਵਗਦੇ ਹੋਏ ਦਰਿਆ ਤੋਂ ਫਾਇਦਾ ਉਠਾਉਣ ਲਈ, ਪਾਣੀ ਪੀਣ ਲਈ ਉੱਧਰ ਦੌੜੇ ਤਾਂ ਉਹਦੀ ਆਸ ਪੂਰੀ ਨਹੀਂ ਹੋਣੀ, ਉਹਦੀ ਪਿਆਸ ਨਹੀਂ ਬੁੱਝਣੀ, ਕਿਉਂਕਿ ਉਹ ਤਾਂ ਰੇਤ ਚਮਕਦੀ ਹੋਈ ਰੇਤ ਹੈ, ਪਾਣੀ ਨਹੀਂ, ਪਾਣੀ ਦਾ ਭੁਲੇਖਾ ਪਾ ਰਹੀ ਹੈ। ਥਲ ਵਿੱਚ ਤੱਪਣ ਭੱਠੀਆਂ ਕਿਉਂ ਰਹੇ ਪਿਆਸਾ, ਪਿਆਸਾ ਪਿਆਸ ਨਾਲ ਹੀ ਮਰ ਜਾਂਦਾ, ਪਰ ਥਲਾਂ ਦਾ ਉਹ ਪਾਣੀ, ਦਿਸਦਾ ਪਾਣੀ ਉਹਦੇ ਕੰਮ ਨਹੀਂ ਆਉਂਦਾ। ਅੱਗੇ ਜਾ ਕੇ ਕਹਿੰਦੇ ਨੇ ਕਿ ਬਿਰਖ ਦੀ ਛਾਇਆ ਜਿਹੜੀ ਹੈ ਉਹਨੂੰ ਵੇਖ ਕੇ ਕੋਈ ਆਖੇ ਮੈਂ ਇਹਦੇ ਵਿੱਚ ਆਪਣਾ ਜੀਵਨ ਬਿਤਾ ਲਵਾਂਗਾ, ਇਹਦੀ ਛਾਂ ਥੱਲੇ, ਉਹ ਵੀ ਉਹਦਾ ਭੁਲੇਖਾ ਹੈ। ਬਿਰਖ ਦੀ ਗੁਰੂ ਨੇ ਬਾਣੀ ਵਿੱਚ ਆਖਿਆ, ਬਿਰਖ ਦੀ ਛਾਇਆ ਸੋ ਰੰਗ ਲਾਵੇ, ਉਹ ਬਿਨਸੈ ਉਹ ਮਨ ਪਛਤਾਵੇ। ਅਤੇ ਤੀਜੀ ਲਾਈਨ ਅੰਦਰ ਭਾਈ ਗੁਰਦਾਸ ਕਹਿੰਦੇ ਨੇ ਮੈਨੂੰ ਇਉਂ ਹੀ ਦਿਸ ਰਿਹਾ ਕਿ ਬਾਜੀਗਰ ਦੀ ਖੇਡ ਜਿਉਂ ਸਭ ਕੂੜ ਤਮਾਸ਼ਾ, ਬਾਜੀਗਰ ਦੀ ਖੇਡ ਚੰਗੀ ਲੱਗਦੀ ਹੈ। ਉਹ ਮੈਂ ਇੱਕ ਵਾਰ ਕੀਤੀ ਸੀ, ਉਹ ਹੱਥ ਵਿੱਚ ਮਿੱਟੀ ਦੀ ਚੂੰਡੀ ਲੈਂਦਾ ਅਤੇ ਤੁਹਾਨੂੰ ਵਿਖਾ ਕੇ ਤੁਹਾਡੇ ਸਾਹਮਣੇ ਇਉਂ ਖੋਲ੍ਹਦਾ ਅਤੇ ਰੁਪਇਆ ਬਣ ਜਾਂਦਾ, ਰੁਪਏ ਬਣਾਉਂਦਾ, ਮਿੱਟੀ ਤੋਂ ਰੁਪਏ ਬਣਾਉਂਦਾ ਔਰ ਤੁਹਾਡੇ ਸਾਹਮਣੇ ਬਣਾਉਂਦਾ। ਜੇ ਉਹ ਨਾ ਬਣਾ ਸਕੇ ਤਾਂ ਤੁਸੀਂ ਉਹਦਾ ਤਮਾਸ਼ਾ ਕਿਉਂ ਦੇਖੋ? ਕੋਈ ਤਾਂ ਕੁਛ ਤਾਂ ਅਜੀਬ ਕਰਦਾ ਹੈ ਨਾ, ਉਹਨੂੰ ਵੇਖ ਕੇ
ਤੁਸੀਂ ਦੁਆਲੇ ਇਕੱਠੇ ਹੋ ਜਾਂਦੇ ਵੀ ਬੜੀਆਂ ਅਜੀਬ ਗੱਲਾਂ ਕਰ, ਪਰ ਇਹ ਨਹੀਂ ਸੋਚਦੇ ਵੀ ਜੇ ਇਹ ਰੁਪਏ ਪੈਸੇ ਬਣਾ ਸਕਦਾ ਅਤੇ ਜਿਸ ਵੇਲੇ ਇਹਦੀ ਖੇਡ ਖਤਮ ਹੋਣੀ ਹੈ ਇਹਨੇ ਆਪਣਾ ਤਮਾਸ਼ਾ ਸੰਕੋਚਣਾ, ਉਸ ਤੋਂ ਬਾਅਦ ਇਹਨੇ ਤੁਹਾਡੇ ਕੋਲੋਂ ਆਖਣਾ ਵੀ ਪੈਸਾ ਪੈਸਾ ਰੁਪਇਆ ਰੁਪਇਆ ਦੇ ਕੇ ਜਾਓ ਮੈਨੂੰ ਲੋੜ ਹੈ। ਤੁਹਾਡੇ ਕੋਲੋਂ ਮੰਗਣ ਦੀ ਉਹਨੂੰ ਕੋਈ ਲੋੜ ਹੈ? ਉਹ ਤਾਂ ਹੁਣ ਮਿੱਟੀ ਤੋਂ ਰੁਪਏ ਬਣਾ ਰਿਹਾ ਸੀ, ਪਰ ਨਹੀਂ, ਉਹ ਬਾਜ਼ੀਗਰ ਦੀ ਖੇਡ ਹੈ। ਭਾਈ ਸਾਹਿਬ ਕਹਿੰਦੇ ਨੇ ਬਾਜ਼ੀਗਰ ਦੀ ਖੇਡ ਜਿਉਂ ਸਭ ਕੂੜ ਤਮਾਸ਼ਾ, ਇਹ ਸਾਰਾ ਝੂਠਾ ਪਸਾਰਾ ਹੈ। ਇਸੇ ਤਰ੍ਹਾਂ ਸੰਸਾਰ ਦੇ ਬਾਰੇ ਆਪਣੀ ਰਸਨਾ ਤੋਂ ਸਤਿਗੁਰੂ ਕਹਿੰਦੇ ਨੇ ਕਿ ਭਲਿਆ ਇਹ ਸੰਸਾਰ ਵੀ ਇੱਕ ਬਾਜ਼ੀਗਰੀ ਹੈ। ਗੁਰੂ ਨੇ ਬਾਬਾ ਕਬੀਰ ਜੀ ਨੇ ਬਾਣੀ ਵਿੱਚ ਆਖਿਆ ਹੈ ਬਾਜ਼ੀਗਰੀ ਸੰਸਾਰ, ਕਬੀਰਾ ਚੇਤ ਢਾਲ ਪਾਸਾ, ਸੰਸਾਰ ਵੀ ਇੱਕ ਬਾਜ਼ੀਗਰੀ ਹੈ ਜਿਹੜਾ ਦੇਖਣ ਨੂੰ ਕੁਝ ਹੋਰ ਹੈ ਅਤੇ ਇਹਦੀ ਅਸਲੀਅਤ ਕੁਝ ਹੋਰ ਹੈ। ਬਾਜ਼ੀਗਰ ਵਾਂਗੂ ਹਰ ਚੀਜ਼ ਜਿਹੜੀ ਦਿਸਦੀ ਹੈ ਉਹ ਦੇਖਣ ਵਿੱਚ ਸਾਨੂੰ ਸੱਚ ਦਿਸਦੀ ਹੈ ਵੀ ਅਸੀਂ ਦੇਖ ਰਹੇ ਹਾਂ, ਪਰ ਉਹ ਸੱਚ ਨਹੀਂ। ਪਰ ਮਨੁੱਖ ਕਿਉਂਕਿ ਦੇਖਣ 'ਤੇ ਨਿਰਭਰ ਹੈ, ਉਸੇ ਚੀਜ਼ ਨੂੰ ਮੰਨਦਾ ਜਿਹਨੂੰ ਦੇਖ ਲਵੇ, ਇਹ ਨਹੀਂ ਸਮਝਦਾ ਵੀ ਗੁਰੂ ਆਖ ਰਿਹਾ ਜੋ ਦਿਸੈ ਸੋ ਸਗਲ ਬਿਨਾਸੈ, ਜਿਹੜੀ ਦਿਸਦੀ ਹੈ ਚੀਜ਼ ਉਹ ਬਿਨਸ ਜਾਣ ਵਾਲੀ ਹੈ। ਪਰ ਮਨੁੱਖ ਸਮਝਦਾ ਜਿਹੜੀ ਦਿਸਦੀ ਹੈ ਉਹ ਸੱਚ ਹੈ, ਬਲਕਿ ਯਕੀਨ ਹੀ ਦਿਸਣ ਵਾਲੀ ਚੀਜ਼ 'ਤੇ ਕਰਦਾ ਹੈ। ਇਸੇ ਲਈ ਇਹਨੇ ਆਪਣੀਆਂ ਕਹਾਵਤਾਂ ਬਣਾ ਦਿੱਤੀਆਂ ਨੇ, ਜਬ ਲੱਗਦਾ ਦੇਖੋ ਆਪਣੀ ਨੈਣੀ ਤਬ ਲੱਗ ਨਾ ਮਾਨੋ ਗੁਰ ਕੀ ਬਾਣੀ, ਮੈਂ ਕਿਸੇ ਦੀ ਗੱਲ ਨਹੀਂ ਵਿਸ਼ਵਾਸ ਕਰਦਾ ਜਿੰਨੀ ਚਿਰ ਅੱਖੀ ਨਾ ਦੇਖ ਲਵਾਂ। ਪਰ ਗੁਰੂ ਕਹਿੰਦੇ ਨੇ, ਗੁਰੂ ਤੇਗ ਬਹਾਦਰ ਪਾਤਸ਼ਾਹ ਕਹਿੰਦੇ ਨੇ ਜੇ ਤੂੰ ਅੱਖੀ ਦੇਖ ਕੇ ਹੀ ਵਿਸ਼ਵਾਸ ਕਰਦਾ ਤਾਂ ਇਹ ਸੰਸਾਰ ਤੈਨੂੰ ਅੱਖੀ ਦਿਸਦਾ ਠੀਕ ਹੈ, ਪਰ ਇਹਦੇ 'ਤੇ ਵਿਸ਼ਵਾਸ ਕਰਨ ਤੋਂ ਪਹਿਲਾਂ ਇਹ ਗੱਲ ਜਾਣ ਲੈ ਕਿ ਹਰ ਹਰਿਆਵਲ ਪਤਝੜ ਵਿੱਚ ਬਦਲਦੀ ਹੈ, ਹਰ ਦਰਖਤ ਨੂੰ ਟਾਹਣੀਆਂ ਲੱਗਦੀਆਂ ਨੇ, ਉਹਨੂੰ ਨਵੇਂ ਪੱਤੇ ਆਉਂਦੇ ਨੇ, ਭਰੂੰਬਲਾਂ ਫੁੱਟਦੀਆਂ ਨੇ, ਛਾਇਆ ਹੁੰਦੀ ਹੈ, ਫਲ ਲੱਗਦੇ ਨੇ, ਫੁੱਲ ਲੱਗਦੇ ਨੇ, ਪਰ ਹਮੇਸ਼ਾ ਨਹੀਂ ਰਹਿੰਦੇ, ਉਹ ਫੁੱਲ ਵੀ ਟੁੱਟਦੇ ਨੇ, ਪੱਤੇ ਵੀ ਟੁੱਟਦੇ ਨੇ, ਫਲ ਵੀ ਟੁੱਟਦੇ ਨੇ, ਹਮੇਸ਼ਾ ਰਹਿਣ ਵਾਲੀ ਚੀਜ਼ ਨੇ, ਉਹਦੇ 'ਤੇ ਪਤਝੜ ਵੀ ਆਉਂਦੀ ਹੈ। ਹਰ ਦਰਿਆ ਦਾ ਪਾਣੀ ਵਗਦਾ ਹੈ, ਅੱਗੇ ਲੰਘ ਜਾਂਦਾ ਹੈ, ਤੇਰਾ ਸਾਥ ਨਹੀਂ ਦਿੰਦਾ। ਜੇ ਉਹ ਇੱਕ ਥਾਂ 'ਤੇ ਖਲੋ ਜਾਏ ਤਾਂ ਲੋਕ ਕਹਿੰਦੇ ਨੇ ਖਲੋਤੇ ਪਾਣੀ ਵਿੱਚ ਬਦਬੂ ਪੈ ਜਾਂਦੀ ਹੈ। ਹਰ ਇੱਕ ਚੀਜ਼ ਬਦਲ ਰਹੀ ਹੈ, ਮਨੁੱਖ ਦਾ ਜੀਵਨ
ਇਹ ਵੀ ਇੱਕ ਐਸੇ ਕੂੜ ਤਮਾਸ਼ੇ ਵਾਂਗੂ ਹੈ ਕਿ ਬਚਪਨ ਕੁਝ ਹੋਰ ਹੈ, ਜਵਾਨੀ ਕੁਝ ਹੋਰ ਹੈ, ਬੁਢੇਪਾ ਕੁਝ ਹੋਰ ਹੈ, ਸਭ ਚੀਜ਼ ਬਦਲ ਜਾਂਦੀ ਹੈ। ਬਚਪਨ ਦੀਆਂ ਖੇਡਾਂ ਜਵਾਨੀ ਵਿੱਚ ਨਹੀਂ ਖੇਡੀਆਂ ਜਾਂਦੀਆਂ ਅਤੇ ਜਵਾਨੀ ਦੀ ਖੇਡਾਂ ਬੁਢੇਪੇ ਵਿੱਚ ਨਹੀਂ ਕੰਮ ਦਿੰਦੀਆਂ। ਸਭ ਕੁਝ ਬਦਲਦਾ ਹੈ ਅਤੇ ਜਿਹੜੀ ਚੀਜ਼ ਅੱਜ ਹੈ ਕੱਲ੍ਹ ਨਹੀਂ ਰਹਿਣੀ, ਉਹਨੂੰ ਸੱਚ ਕਿਵੇਂ ਸਮਝਾਂ? ਉਹ ਤਾਂ ਕੂੜ ਤਮਾਸ਼ਾ ਹੈ। ਬਚਪਨ ਅੱਜ ਹੈ ਕੱਲ੍ਹ ਨਹੀਂ ਰਹਿਣਾ, ਜਵਾਨੀ ਅੱਜ ਹੈ ਕੱਲ੍ਹ ਨਹੀਂ ਰਹਿਣੀ। ਜੇ ਹੈ ਤੇਰੇ ਕੋਲ ਤਾਕਤ ਤਾਂ ਜਵਾਨੀ ਨੂੰ ਹਮੇਸ਼ਾ ਬਣਾ ਕੇ ਰੱਖ। ਮੇਰ ਦੁਨੀਆ ਚਾਹੁੰਦੀ ਹੈ ਪਰ ਨਹੀਂ ਰਹਿੰਦੀ, ਬੁਢੇਪਾ ਆ ਜਾਂਦਾ। ਇੱਥੋਂ ਤੱਕ ਕਿ ਬੁਢੇਪੇ ਵਿੱਚ ਮਨੁੱਖ ਜੀਵਨ ਚਾਹੁੰਦਾ, ਜੀਵਨ ਫਿਰ ਨਹੀਂ ਰਹਿੰਦਾ। ਅਤੇ ਜਿਹੜੀ ਚੀਜ਼ ਸਾਹਮਣੇ ਦਿਸਦੀ ਹੈ ਕਿ ਕਿੱਥੇ ਤੈਂਡੇ ਮਾਪਿਆਂ, ਜਿੰਨੀ ਤੂੰ ਜਣੇ ਹੋਏ ਤੇਰੇ ਬਜ਼ੁਰਗ ਵੀ ਪੈਦਾ ਹੋਏ, ਉਹ ਵੀ ਨਾ ਮਹੱਲਾਂ ਵਿੱਚ ਰਹਿ, ਰਾਜੇ ਰਈਅਤ ਸਿੱਕਦਾਰ ਕੋਈ ਨਾ ਰਹਿਸੀਓ, ਹੱਟ ਪੱਟਣ ਬਾਜ਼ਾਰ ਹੁਕਮੀ ਢਹਿਸੀਓ। ਅੱਗੇ ਕਹਿੰਦੇ ਨੇ ਪੱਕੇ ਬਨਕ ਦੁਆਰ ਮੂਰਖ ਜਾਣੇ ਆਪਣੇ, ਬੜੇ ਪੱਕੇ ਘਰ ਬਣਾਏ ਮੈਂ ਇਹਨਾਂ ਵਿੱਚ ਵਸਾਂਗਾ। ਉਹਨਾਂ ਨੂੰ ਰੰਗਾਂ ਰੰਗਾਂ ਨਾਲ ਸਜਾਇਆ, ਉਹਦੇ ਵਿੱਚ ਰਿਹਾ, ਪਰ ਇਹ ਨਾ ਸੋਚਿਆ ਵੀ ਇਸ ਤੋਂ ਪਹਿਲਾਂ ਵੀ ਇਹਨਾਂ ਘਰਾਂ ਵਿੱਚ ਕੋਈ ਰਹਿ ਗਿਆ, ਅੱਜ ਉਹ ਕਿੱਥੇ ਹੈ? ਸਤਿਗੁਰੂ ਨੇ ਬਾਣੀ ਵਿੱਚ ਆਖਿਆ, ਕਹਿਣ ਲੱਗੇ ਜਿਸ ਆਸਨ ਹਮ ਬੈਠੇ, ਜਿਸ ਧਰਤੀ 'ਤੇ ਅੱਜ ਮੈਂ ਬੈਠਾ, ਜਿਸ ਦਰਿਆ ਦਾ, ਜਿਸ ਧਰਤੀ ਦਾ, ਜਿਸ ਨਲਕੇ ਦਾ ਪਾਣੀ ਮੈਂ ਪੀ ਰਿਹਾ, ਇਹ ਕਦੇ ਕੋਈ ਹੋਰ ਵੀ ਪੀਂਦਾ ਸੀ? ਜਿਸ ਆਸਨ ਹਮ ਬੈਠੇ, ਕਿਤੇ ਬੈਠ ਗਿਆ, ਕਈ ਬੈਠ ਬੈਠ ਕੇ ਚਲੇ ਗਏ। ਅਤੇ ਜੇ ਤੈਨੂੰ ਇਹ ਪਤਾ ਲੱਗ ਜਾਏ ਤਾਂ ਐਗਜ਼ਾਮਪਲ ਦੀ ਕੀ ਲੋੜ ਪਵੇ ਪਛਾਣਨ ਦੀ ਕਿਸੇ ਚੀਜ਼ ਦੀ? ਐਗਜ਼ਾਮਪਲ ਵਾਰ ਵਾਰ ਦੇ ਕੇ ਸਮਝਾਈਏ ਉਹਨੂੰ ਤਾਂ ਜਿਹੜੀ ਚੀਜ਼ ਸਾਹਮਣੇ ਨਾ ਦਿਸਦੀ ਹੋਵੇ। ਕਹਿੰਦੇ ਨੇ ਇਸ ਲਈ ਮੈਂ ਤੈਨੂੰ ਸੱਚੀ ਗੱਲ ਆਖ ਰਿਹਾ, ਪੱਲੇ ਬੰਨ ਲੈ, ਜੇ ਨਾ ਯਕੀਨ ਆਵੇ ਤਾਂ ਦੇਖ ਲੈ। ਮਨ ਰੇ ਸੱਚਾ ਗਹੋ ਵਿਚਾਰਾ, ਮੇਰੀ ਵਿਚਾਰ ਸੱਚੀ ਹੈ, ਤੈਨੂੰ ਸਮਝਾਉਣ ਲਈ ਹੈ। ਬਲਕਿ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਹੀ ਇੱਕ ਸ਼ਬਦ ਸੋਠ ਵਿੱਚ ਵੀ ਆ ਚੁੱਕਾ ਹੈ, ਉਹਦੇ ਵਿੱਚ ਵੀ ਹੂ ਬਹੂ ਇਹੋ ਹੀ ਲਫ਼ਜ਼ ਨੇ। ਕਹਿੰਦੇ ਨੇ ਅਰੇ ਨਾਰ ਰੇ ਨਾਰ ਏ ਸੱਚੀ ਜੀ ਧਾਰ। ਇੱਥੇ ਕਹਿੰਦੇ ਨੇ ਮਨ ਮੈਂ ਤੈਨੂੰ ਸੱਚ ਕਹਿਣਾ, ਇਹਨੂੰ ਪੱਲੇ ਬੰਨ ਲੈ। ਅਤੇ ਉੱਥੇ ਕਹਿੰਦੇ ਨੇ ਹੇ ਮਨੁੱਖ ਮੈਂ ਤੈਨੂੰ ਸੱਚ ਕਿਹਾ ਹੈ, ਇਹਨੂੰ ਜੀ ਵਿੱਚ ਹਿਰਦੇ ਵਿੱਚ ਟਿਕਾ ਲੈ, ਆਪ ਪੱਲੇ ਬੰਨ ਲੈ। ਰੇ ਨਾਰੀ ਇਹ ਸੱਚੀ
ਜੀਦਾਰ ਸਗਲ ਜਗਤ ਹੈ ਜੈਸੇ ਸੁਪਨਾ। ਸੰਸਾਰ ਤਾਂ ਇੱਕ ਸੁਪਨਾ ਹੈ ਤੇ ਸੁਪਨੇ ਵਿੱਚ ਹਰ ਇੱਕ ਚੀਜ਼ ਮਨੁੱਖ ਨੂੰ ਇਉਂ ਹੀ ਦਿਸਦੀ ਹੈ ਵੀ ਮੈਂ ਅਸਲ ਦੇਖ ਰਿਹਾ। ਕਦੀ ਸੁਪਨੇ ਵਿੱਚ ਪਤਾ ਨਹੀਂ ਲੱਗਦਾ ਕਿ ਇਹ ਸੁਪਨਾ ਹੈ। ਕਿਉਂ ਨਹੀਂ ਪਤਾ ਲੱਗਦਾ? ਕਿਉਂਕਿ ਨੀਂਦ ਹੈ, ਨੀਂਦ ਅਗਿਆਨਤਾ ਹੈ। ਮਨੁੱਖ ਨੂੰ ਅਗਿਆਨਤਾ ਦੀ ਨੀਂਦ ਹੋਣ ਕਰਕੇ ਸੰਸਾਰ ਸੁਪਨੇ ਵਿੱਚ ਜੀਉ ਰਿਹਾ, ਪਰ ਇਹਨੂੰ ਸੁਪਨਾ ਵੀ ਸੁਪਨਾ ਨਹੀਂ ਦਿਸਦਾ। ਸਤਿਗੁਰ ਬਾਣੀ ਵਿੱਚ ਆਖਿਆ ਇਹ ਸੁਪਨੇ ਕੁਝ ਜਿਉ ਸੁਪਨੇ ਹੋਏ ਵੈਸਤ ਰਾਜਾ ਨੇਤਰ ਪਸਾਰੇ ਤਾਂ ਨਿਰਾਰਥ ਕਾ ਜਾ। ਜਗ ਸੁਪਨਾ ਬਾਜੀ ਬਣੀ ਖਿਨ ਮੈਂ ਖੇਲ ਖਿਲਾਏ, ਇਹ ਸੁਪਨਾ ਹੈ। ਪਰ ਇਸ ਸੁਪਨੇ ਵਿੱਚ ਜਿਉਂਦਿਆਂ ਮਨੁੱਖ ਆਪਣੇ ਸੁਪਨੇ ਨੂੰ ਪਛਾਣ ਨਹੀਂ ਸਕਿਆ, ਕਿਉਂਕਿ ਨੀਂਦ ਵਿੱਚ ਹੈ। ਗੁਰੂ ਤੇਗ ਬਹਾਦਰ ਪਾਤਸ਼ਾਹ ਉਸ ਸੁਪਨੇ ਵਿੱਚੋਂ ਤੈਨੂੰ ਜਗਾਉਣਾ ਚਾਹੁੰਦੇ ਨੇ ਤਾਂ ਕਿ ਤੈਨੂੰ ਭੁਲੇਖਾ ਨਾ ਰਹੇ। ਜੋ ਚੀਜ਼ ਮੈਂ ਸੁਪਨੇ ਵਿੱਚ ਦੇਖ ਰਿਹਾ ਸੱਚ ਹੈ, ਉਹ ਸੱਚ ਨਹੀਂ, ਉਹ ਸੱਚ ਨਹੀਂ। ਕਹਿਣ ਲੱਗੇ ਮਨ ਰੇ ਇਹ ਸੱਚ, ਜੋ ਮੈਂ ਕਹਿ ਰਿਹਾ ਇਹ ਸੱਚ ਹੈ। ਗੁਰੂ ਤੇਗ ਬਹਾਦਰ ਪਾਤਸ਼ਾਹ ਕਹਿੰਦੇ ਮਨ ਰੇ ਸੱਚਾ ਗਹੋ ਵਿਚਾਰਾ, ਰਾਮ ਨਾਮ ਬਿਨ ਮਿਥਿਆ ਮਾਨੋ ਸਗਰੋ ਏ ਸੰਸਾਰਾ। ਜੀ ਫਿਰ ਕੀ ਕਰਾਂ? ਲਓ ਸਵਾਲ ਹੈ ਕੀ ਕਰਾਂ? ਪਹਿਲਾਂ ਤਾਂ ਵਿਸ਼ਵਾਸ ਕਰ ਕਿ ਜਿਸ ਦੁਨੀਆਂ ਵਿੱਚ ਜੋ ਚੀਜ਼ ਮੈਂ ਦੇਖ ਰਿਹਾ ਇਹਨੂੰ ਮਾਨ ਲੈ, ਪਰ ਸੱਚ ਨਾ ਸਮਝ। ਇਹ ਨਹੀਂ ਕਿ ਛੱਡ ਦੇ, ਗੁਰੂ ਕਿਰਪਾ ਕਰੇ ਕੱਲ੍ਹ ਨੂੰ ਆਪਾਂ ਇਸ ਦਾ ਜਵਾਬ ਫਿਰ ਪਛਾਣਾਂਗੇ ਬਾਣੀ ਵਿੱਚੋਂ। ਕਹਿਣ ਲੱਗੇ ਪਛਾਣ ਲੈ, ਗੁਰੂ ਨਾਨਕ ਦੇ ਸਮੇਂ ਦਾ ਇਤਿਹਾਸ ਵੀ ਸਾਡੇ ਸਾਹਮਣੇ ਹੈ ਕਿ ਗੁਰੂ ਨਾਨਕ ਜਦੋਂ ਮੂਲੇ ਖੱਤਰੀ ਦੇ ਸ਼ਹਿਰ ਗਏ ਨਾ ਸਿਆਲਕੋਟ, ਉੱਥੇ ਜਾ ਕੇ ਮਰਦਾਨੇ ਨੂੰ ਆਖਿਆ ਦੋ ਪੈਸੇ ਆਟਾ ਕਾ ਲੈ ਜਾ, ਬਾਜ਼ਾਰ ਵਿੱਚੋਂ ਸੱਚ ਅਤੇ ਝੂਠ ਖਰੀਦ ਲਿਆ। ਇਹ ਇਸ ਲਈ ਨਹੀਂ ਕਿ ਗੁਰੂ ਨਾਨਕ ਨੂੰ ਪਤਾ ਨਹੀਂ ਸੀ, ਪਤਾ ਸੀ, ਲੇਕਿਨ ਪਛਾਣ ਪਛਾਣ ਕੇ ਉਹ ਜੀਵ ਇਕੱਠੇ ਕਰ ਰਹੇ ਸਨ ਜਿਨ੍ਹਾਂ ਜੀਵਾਂ ਕੋਲ ਗਿਆਨ ਸੀ। ਇਸੇ ਲਈ ਕਹਿ ਦਿੱਤਾ ਮੈਂ ਬੱਧੀ ਸੱਚ ਧਰਮਸਾਲ ਹੈ, ਗੁਰਸਿੱਖਾਂ ਲਹਿੰਦਾ ਪਾਲਕ ਹੈ, ਪਾਲ ਪਾਲ ਕੇ ਪਛਾਣ ਕਰਨ ਲਈ ਟਕਾ ਦਿੱਤਾ ਅਤੇ ਆਖਿਆ ਸੱਚ ਅਤੇ ਝੂਠ ਖਰੀਦ ਲਿਆ। ਮਰਦਾਨਾ ਵੀ ਹੈਰਾਨ ਹੋਇਆ ਅੱਜ ਤੱਕ ਇਹੋ ਜਿਹਾ ਸਵਾਲ ਨਹੀਂ ਕੀਤਾ ਨਹੀਂ, ਪਰ ਚਲੋ ਦੇਖੋ
ਟਕਾ ਲੈ ਕੇ ਦੁਕਾਨ ਦੁਕਾਨ ਫਿਰ ਰਿਹਾ ਜੀ ਆਹ ਦੋ ਪੈਸੇ ਦਾ, ਸੱਚ ਅਤੇ ਝੂਠ ਦੇਖਦੇ ਹੋ, ਦੁਕਾਨਦਾਰ ਹੱਸ ਪੈਂਦਾ ਚੰਗਾ ਖਰੀਦਦਾਰ ਹੈ, ਅੱਗੇ ਅੱਜ ਤੱਕ ਕੋਈ ਐਸਾ ਗਾਹਕ ਨਹੀਂ ਆਇਆ ਜਿਹੜਾ ਸੱਚ ਅਤੇ ਝੂਠ ਖਰੀਦਣ ਆਇਆ ਹੋਵੇ। ਕਈਆਂ ਨੇ ਝਿੜਕ ਕੇ ਵੀ ਆਖ ਦਿੱਤਾ ਭਲਿਆ ਸੱਚ ਅਤੇ ਝੂਠ ਕੋਈ ਦੁਕਾਨਾਂ 'ਤੇ ਥੋੜ੍ਹਾ ਵਿਕਦਾ ਹੈ। ਇਉਂ ਫਿਰਦਾ ਫਿਰਦਾ ਇਤਿਹਾਸਕਾਰ ਸਾਖੀਕਾਰ ਲਿਖਦਾ ਹੈ ਮਰਦਾਨਾ ਮੂਲੇ ਖੱਤਰੀ ਦੀ ਦੁਕਾਨ 'ਤੇ ਪਹੁੰਚ ਗਿਆ। ਗਿਆਨਵਾਨ ਸੀ, ਉੱਥੇ ਜਾ ਕੇ ਆਖੇ ਉਸ ਟਕੇ ਦਾ ਸੱਚ ਅਤੇ ਝੂਠ ਦੇਦੇ ਹੈ, ਤੇਰੇ ਕੋਲ ਹੈ? ਕਹਿਣ ਲੱਗਾ ਹਾਂ ਹੈ। ਮਰਦਾਨਾ ਬੜਾ ਖੁਸ਼ ਹੋਇਆ, ਕੋਈ ਦੁਕਾਨ 'ਤੇ ਮਿਲੀ ਜਿੱਥੇ ਗੁਰੂ ਨਾਨਕ ਦਾ ਸੌਦਾ ਮਿਲ ਸਕਦਾ ਹੈ। ਮੂਲੇ ਨੇ ਇੱਕ ਕਾਗਜ਼ ਚੁੱਕਿਆ, ਇੱਕ ਕਲਮ ਚੁੱਕੀ ਅਤੇ ਸਿਆਹੀ ਨਾਲ ਬੋੜਾ ਦੇ ਕੇ ਉੱਥੇ ਲਿਖ ਦਿੱਤਾ ਮਰਨਾ ਸੱਚ ਜੀਉਣਾ ਝੂਠ, ਦੋ ਗੱਲਾਂ ਲਿਖ ਦਿੱਤੀਆਂ, ਮਰਨਾ ਸੱਚ ਜੀਉਣਾ ਝੂਠ। ਮਰਦਾਨੂ ਫੜਾ ਦਿੱਤੀ, ਨਾਲ ਹੀ ਸੋਚੀ ਪੈ ਗਿਆ ਇਹਦਾ ਗੁਰੂ ਜਿਹਨੇ ਇਹਨੂੰ ਭੇਜਿਆ ਉਹਨੇ ਵੀ ਸਵਾਲ ਅਜੀਬ ਕੀਤਾ, ਇਹੋ ਜਿਹਾ ਸਵਾਲ ਕਰਨ ਵਾਲਾ, ਇਹੋ ਜਿਹੀ ਚੀਜ਼ ਖਰੀਦਣ ਵਾਲਾ ਵੀ ਕੋਈ ਅੱਜ ਤੱਕ ਨਹੀਂ ਆਇਆ, ਇਸ ਲਈ ਉਹਦੇ ਦਰਸ਼ਨ ਕਰਨੇ ਚਾਹੀਦੇ ਨੇ ਜਿੱਧਰ ਮਰਦਾਨਾ ਜਾ ਰਿਹਾ ਮਗਰ ਮਗਰ ਮੂਲੋ ਵੀ ਜਾ ਰਿਹਾ। ਗੁਰਸਿੱਖਾਂ ਲੈਂਦਾ ਪਾਲਕ ਹੈ, ਇਹੋ ਹੀ ਗੱਲ ਗੁਰੂ ਨਾਨਕ ਨੇ ਉਹਨੂੰ ਸਾਹਮਣੇ ਬੈਠ ਕੇ ਵੀ ਸਮਝਾਈ ਤੇ ਕਹਿਣ ਲੱਗੇ ਮਰਨ ਨਾ ਜਾਪੇ ਮੂਲਿਆ ਆਵੇ ਕਿਤੇ ਥਾਏ। ਮੌਤ ਇੱਕ ਉਹ ਚੀਜ਼ ਹੈ ਹੈ ਮੂਲਿਆ ਜਿਹਦਾ ਪਤਾ ਹੀ ਨਹੀਂ ਕਦੋਂ ਕਿੱਥੇ ਆ ਜਾਣੀ ਹੈ, ਕੋਈ ਦਰਵਾਜ਼ਾ ਉਹਨੂੰ ਹੋੜ ਨਹੀਂ ਸਕਦਾ, ਕੋਈ ਦੀਵਾਰ ਉਹਨੂੰ ਮੋੜ ਨਹੀਂ ਸਕਦੀ, ਉਹਦੀ ਹਰ ਥਾਂ ਪਹੁੰਚ ਹੈ। ਮਰਨ ਨਾ ਜਾਪੇ ਮੂਲਿਆ ਆਵੇ ਕਿਤੇ ਥਾਏ, ਕਿੱਥੇ ਆ ਜਾਣੀ। ਅਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਵੀ ਇਹੋ ਗੱਲ ਸਮਝਾ ਰਹੇ ਨੇ, ਕਹਿੰਦੇ ਨੇ ਮਨ ਰੇ ਸੱਚਾ ਗਹੋ ਵਿਚਾਰਾ, ਸੱਚੀ ਗੱਲ ਹਿਰਦੇ ਵਿੱਚ ਟਿਕਾ ਪੱਲੇ ਬੰਨ ਲਾ, ਉਹ ਇਹ ਕਿ ਬਿਨਾਂ ਪ੍ਰਭੂ ਦੇ ਗੁਣ ਨਾਮ ਤੋਂ ਸੰਸਾਰ ਜਿਹੜਾ ਹੈ ਦਿਸਦਾ ਹੈ ਉਹ ਝੂਠ ਹੈ ਮਿੱਥਿਆ ਹੈ, ਇਹ ਵਿਸ਼ਵਾਸ ਕਰ, ਸੁਪਨਾ ਹੈ। ਅਤੇ ਸੁਪਨਾ ਦੇਖਣਾ ਕੋਈ ਗੁਨਾਹ ਨਹੀਂ ਕਿਉਂਕਿ ਤੇਰੇ ਵੱਸ ਨਹੀਂ, ਸੁਪਨੇ 'ਤੇ ਵਿਸ਼ਵਾਸ ਕਰਨਾ ਗੁਨਾਹ ਹੈ, ਛਾਇਆ ਮੰਨਣੀ ਕੋਈ ਗੁਨਾਹ ਨਹੀਂ, ਛਾਇਆ ਦੀ ਜ਼ਰੂਰਤ ਹੋਵੇ ਦੁਪਹਿਰ ਦਾ ਟਾਈਮ ਹੋਵੇ ਗਰਮੀ ਹੋਵੇ ਛਾਇਆ ਕਿਸੇ ਦਰਖਤ ਦੀ ਬੈਠ, ਪਰ ਛਾਇਆ ਨੂੰ ਆਪਣਾ ਘਰ ਨਾ ਬਣਾ, ਉਹਦੇ 'ਤੇ ਇੰਨਾ ਵਿਸ਼ਵਾਸ ਨਾ ਕਰਕੇ ਘਰ ਦੀ ਲੋੜ ਹੀ ਨਹੀਂ, ਛਾਇਆ ਥੱਲੇ ਹੀ ਜੀਵਨ ਬਿਤਾ ਲਾਂਗਾ। ਫਿਰ ਗੁਰੂ ਆਖੇਗਾ ਬਿਰਖ ਕੀ ਛਾਇਆ ਸਿਉਂ ਰੰਗ ਲਾਵੇ ਉਹ ਬਿਨ ਉਹ ਮਨ ਪਛਤਾਵੇ। ਇਸ ਲਈ ਐਗਜ਼ਾਮਪਲ ਦਿੱਤੇ
ਕਹਿਣ ਲੱਗੇ ਰਾਮ ਨਾਮ ਬਿਨ ਬਿਥਿਆ ਮਾਨੂੰ ਸਗਰੋ ਇਸ ਸੰਸਾਰਾ, ਜੀ ਕੀ ਫਿਰ ਕੀ ਕਰਾਂ। ਹੁਣ ਅਗਲੀ ਲਾਈਨ ਅੰਦਰ ਇੱਕ ਗੱਲ ਹੋਰ ਸਮਝਾਈ ਨੇ, ਕਹਿਣ ਲੱਗੇ ਜਿਸ ਪ੍ਰਭੂ ਨੂੰ ਪ੍ਰਾਪਤ ਕਰਨ ਲਈ, ਪਛਾਣਨ ਲਈ, ਜਾਣਨ ਲਈ ਜੋਗੀ ਯਤਨ ਕਰਤ ਸਭ ਹਾਰੇ, ਪਾਇਓ ਨੇ ਤੈ ਪਾਰਾ, ਜਾਂ ਕੋ ਜੋਗੀ ਖੋਜਤ ਹਾਰੇ, ਪਾਇਓ ਨੇ ਤੈ ਪਾਰਾ, ਜਿਸ ਨੂੰ ਜੋਗੀ ਖੋਜਦੇ ਖੋਜਦੇ ਥੱਕ ਗਏ ਪਰ ਪਾਰਾ ਵਾਰ ਨਾ ਪਾ ਸਕੇ। ਉਹ ਕਿੱਥੇ ਰਹਿੰਦਾ ਹੈ, ਕਿਹੋ ਜਿਹਾ ਹੈ, ਕੀ ਉਹਦੀ ਸ਼ਕਲ ਹੈ, ਕਿਹਨੂੰ ਪਸੰਦ ਕਰਦਾ ਹੈ, ਕਿਹਨੂੰ ਨਹੀਂ ਪਸੰਦ ਕਰਦਾ, ਇਹ ਸਾਰੀਆਂ ਗੱਲਾਂ ਜਾਣਨੀਆਂ ਔਖੀਆਂ ਸਨ। ਪਾਇਓ ਨੇ ਤੈ ਪਾਰਾ, ਕਹਿਣ ਲੱਗੇ ਜੇ ਤੂੰ ਕੁਝ ਕਰ ਸਕਣਾ ਹੈ ਆਪਣੇ ਜੀਵਨ ਵਿੱਚ ਤਾਂ ਉਹ ਇਹ ਵੀ ਐਸੇ ਪ੍ਰਭੂ ਨੂੰ ਆਪਣੇ ਨੇੜਿਓਂ ਦੇਖ, ਜਾਂ ਕੋ ਜੋਗੀ ਖੋਜ ਤਾਰੇ, ਪਾਇਓ ਨੇ ਤੈ ਪਾਰਾ, ਸੋ ਸੁਆਮੀ ਤੁਮ ਨਿਕਟ ਪਛਾਣੋ। ਉਹ ਨੇੜਿਓਂ ਦੇਖ, ਕਿਉਂ ਆ ਅਗਲੇ ਪਾਸੇ ਦਾ ਇੱਕ ਲਫਜ਼ ਜਿਹੜਾ ਨਾ ਇਹ ਬਹੁਤ ਤੂੰ ਚੰਗੀ ਤਰ੍ਹਾਂ ਸਮਝਣ ਵਾਲਾ ਹੈ, ਉਹਨੂੰ ਨਿਕਟ ਸਮਝ। ਕਿਉਂ ਕਹਿਣ ਲੱਗੇ ਇਸ ਲਈ ਕਿਉਂਕਿ ਉਹ ਰੂਪ ਰੇਖ 'ਤੇ ਨਿਆਰਾ, ਜਿਹਦਾ ਰੂਪ ਰੇਖ ਕੋਈ ਨਹੀਂ, ਸ਼ਕਲ ਹੀ ਕੋਈ ਨਹੀਂ, ਰੰਗ ਦਾ ਹੀ ਪਤਾ ਨਹੀਂ, ਉਚਾਈ ਦਾ ਹੀ ਪਤਾ ਨਹੀਂ, ਉਹਨੂੰ ਮੈਂ ਕਿਵੇਂ ਪਛਾਣਾਂ। ਔਰ ਇਹੋ ਪ੍ਰੋਬਲਮ ਯੋਗੀਆਂ ਦੇ ਸਾਹਮਣੇ ਹੈ, ਉਹ ਵੀ ਨਹੀਂ ਪਛਾਣ ਸਕਦੇ। ਮੈਨੂੰ ਆਖ ਰਹੇ ਹੋ ਸੋ ਸੋਮੀ ਤੁਮ ਨਿਕਟ ਪਛਾਣੋ, ਰੂਪ ਰੇਖ 'ਤੇ ਨਿਆਰਾ, ਜਿਹਦਾ ਰੂਪ ਰੇਖ ਕੋਈ ਨਹੀਂ ਉਹ ਤਾਂ ਨਾਲ ਵੀ ਨਹੀਂ ਰਹਿ ਸਕਦਾ, ਨਾਲ ਵੀ ਉਹ ਹੀ ਰਹਿ ਸਕਦਾ ਜਿਹਦਾ ਰੂਪ ਰੇਖ ਹੈ, ਜਿਹੜੀ ਚੀਜ਼ ਕੋਲ ਜਿਹਦਾ ਰੂਪ ਰੇਖ ਸ਼ਕਲ ਹੈ ਉਹ ਕੈਦ ਵੀ ਕੀਤੀ ਜਾ ਸਕਦੀ ਹੈ, ਉਹਨੂੰ ਘਰ ਵੀ ਬਿਠਾਇਆ ਜਾ ਸਕਦਾ, ਉਹਨੂੰ ਗਲਵੱਕੜੀ ਵਿੱਚ ਵੀ ਲਿਆ ਜਾ ਸਕਦਾ, ਜਿਹਦਾ ਰੂਪ ਰੇਖ ਹੀ ਕੋਈ ਨਹੀਂ ਉਹਨੂੰ ਨਾ ਤੁਸੀਂ ਆਉਂਦੇ ਨੂੰ ਰੋਕ ਸਕਦੇ ਹੋ ਨਾ ਜਾਂਦੇ ਨੂੰ ਰੋਕ ਸਕਦੇ ਹੋ। ਮੈਨੂੰ ਆਪਣੀ ਹੱਡ ਬੀਤੀ ਯਾਦ ਆਈ, ਕੋਈ 40 ਵਰੇ ਪਹਿਲਾਂ ਪਹਿਲੀ ਵਾਰ ਜਦੋਂ ਮੈਂ ਦੁਬਈ ਗਿਆ, ਪ੍ਰੋਗਰਾਮ ਸੀ, ਉਦੋਂ ਬੜੀਆਂ ਪਾਬੰਦੀਆਂ ਸਨ, ਹੁਣ ਤਾਂ ਦੁਬਈ ਬੜੀ ਬਦਲ ਗਈ, ਉਹਨਾਂ ਨੇ ਆਪਣੇ ਦੇਸ਼ ਨੂੰ ਆਬਾਦ ਕਰਨ ਲਈ, ਸਜਾਉਣ ਲਈ ਬਹੁਤ ਸਾਰੇ ਨਿਯਮ ਆਪਣੇ ਜਿਹੜੇ ਪੁਰਾਣੇ ਸਨ ਉਹ ਬਦਲ ਦਿੱਤੇ ਨੇ ਤਾਂ ਕਿ ਟੂਰਿਸਟ ਜ਼ਿਆਦਾ ਆਵੇ, ਪਰ ਪਹਿਲੇ ਨਹੀਂ ਸੀ, ਬੜੀਆਂ ਪਾਬੰਦੀਆਂ ਸਨ, ਇੰਨੀਆਂ ਪਾਬੰਦੀਆਂ ਸਨ ਕਿ ਬਾਹਰਲੀ ਕੋਈ ਕਿਸੇ ਹੋਰ ਧਰਮ ਦੀ ਸੰਬੰਧ ਰੱਖਣ ਵਾਲੀ ਚੀਜ਼ ਵੀ ਉੱਥੇ ਨਹੀਂ ਜਾ ਸਕਦੀ, ਕਿਤਾਬ ਗੁਟਕਾ ਕੁਛ ਨਹੀਂ ਸੀ ਜਾ ਸਕਦਾ ਉਸ ਟਾਈਮ 'ਤੇ। ਪਹਿਲੀ ਵਾਰ ਜਦੋਂ ਮੈਂ ਗਿਆ ਕਿ ਮੈਨੂੰ ਫੋਨ ਆ ਗਿਆ ਜਿੰਨਾ ਬੁਲਾਇਆ ਸੀ, ਜੀ ਸਿੰਘ ਸਾਹਿਬ ਇਹ ਖਿਆਲ ਕਰਨਾ ਕੋਈ ਚੀਜ਼ ਐਸੀ ਨਾਲ ਨਾ ਹੋਵੇ, ਨਾ ਸ੍ਰੀ ਸਾਹਿਬ ਨਾਲ ਲਿਆਉਣੀ ਹੈ, ਨਾ ਕੋਈ ਗੁਟਕਾ ਕਿਤਾਬ ਨਾਲ ਲਿਆਉਣੀ ਹੈ, ਇੱਥੇ ਏਅਰਪੋਰਟ 'ਤੇ ਰੋਕ ਲੈਣਗੇ। ਮੇਰੇ ਕਹਿਣ ਦਾ ਮਤਲਬ, ਮੈਂ ਇੱਕ ਗੱਲ ਆਖੀ, ਮੈਂ ਆਖਿਆ ਵੀ ਗੁਟਕਾ ਤਾਂ ਨਹੀਂ ਲਿਆਵਾਂਗਾ, ਪਰ ਜਿਹੜਾ ਜਪਜੀ ਸਾਹਿਬ ਮੇਰੇ ਅੰਦਰ ਆਏ ਉਹਨੂੰ ਕਿੱਥੇ ਕੱਢਣਗੇ।
ਦੁੱਖ ਫਰਕ ਕੀ ਹੈ? ਜਿਹੜਾ ਬਾਹਰ ਗੁਟਕਾ ਉਹ ਦਿਸਦਾ, ਉਹਦਾ ਰੂਪ ਰੇਖ ਹੈ। ਜਿਹੜਾ ਅੰਦਰ ਜਪਜੀ ਸਾਹਿਬ ਹੈ ਉਹ ਦਿਸਦਾ, ਉਹ ਮੇਰੇ ਤੋਂ ਨਹੀਂ ਵਿਛੜ ਸਕਦਾ। ਕੋਈ ਕਸਟਮ ਵਾਲਾ ਉਹਨੂੰ ਰੋਕ ਕੇ ਮੇਰੇ ਤੋਂ ਵੱਖ ਨਹੀਂ ਕਰ ਸਕਦਾ, ਉਹ ਮੇਰੇ ਅੰਦਰ ਹੈ। ਗੁਰੂ ਨੇ ਬਾਣੀ ਅੰਦਰ ਹਰ ਗੱਲ ਕਿਉਂ ਸਮਝਾਈ ਹੈ? ਕਹਿਣ ਲੱਗੇ ਇਹ ਬਾਣੀ ਜੋ ਜੀਓ ਜਾਣੇ, ਬਾਣੀ ਉਹ ਜਿਹੜੀ ਤੁਸੀਂ ਅੰਦਰ ਵਸਾ ਲਓ, ਇਹ ਨਹੀਂ ਗੁਟਕੇ 'ਤੇ ਪੜ੍ਹ ਲਓ, ਨਹੀਂ ਅੰਦਰ ਵਸਾਓ। ਜਿਹੜੀ ਅੰਦਰ ਵਸਦੀ ਚੀਜ਼ ਹੈ ਉਹ ਕਦੀ ਤੁਹਾਡੇ ਤੋਂ ਨਹੀਂ ਵਿਛੜਦੀ। ਪਰ ਇੱਕ ਖਿਆਲ ਕਰਿਓ, ਅੰਦਰ ਵਸਦੀ ਉਹ ਹੀ ਹੈ ਜਿਹੜੀ ਰੂਪ ਰੇਖ ਵਿੱਚ ਨਾ ਹੋਵੇ। ਔਰ ਇਹੋ ਹੀ ਗੱਲ ਗੁਰੂ ਤੇਗ ਬਹਾਦਰ ਸਾਹਿਬ ਨੇ ਆਖੀ। ਕਹਿਣ ਲੱਗੇ ਸੋ ਸਵਾਮੀ ਤੁਮ ਨਿਕਟ ਪਛਾਣੋ ਰੂਪ ਰੇਖ ਤੇ ਨਿਆਰਾ। ਉਹਦੇ ਰੂਪ ਰੇਖ ਨੂੰ ਨਾ ਪਛਾਣਿਓ, ਉਹਨੂੰ ਅੰਦਰ ਵਸਾਓ। ਮੈਂ ਹੈਰਾਨ ਹੁੰਦਾ ਗੁਰਬਾਣੀ ਅੰਦਰ ਕੈਸੀਆਂ ਡੂੰਘਾਈਆਂ ਨੇ। ਸੋ ਸਵਾਮੀ ਤੁਮ ਨਿਕਟ ਪਛਾਣੋ ਰੂਪ ਰੇਖ ਤੇ ਨਿਆਰਾ। ਹੁਣ ਆਖਰੀ ਤੁਕ ਅੰਦਰ ਇੱਕ ਬੜੀ ਖੂਬਸੂਰਤ ਗੱਲ ਆਖੀ ਉਹਨੇ। ਮਨੁੱਖ ਨੇ ਜਦੋਂ ਇਹ ਪਤਾ ਲੱਗਾ ਕਿ ਮੇਰੀ ਡਿਊਟੀ ਇਹ ਹੈ ਕਿ ਜੰਕੋ ਜੋਗੀ ਖੋਜਤ ਹਾਰੇ ਪਾਇਓ ਨੇ ਤੇ ਪਾਰਾ, ਸੋ ਸਵਾਮੀ ਤੁਮ ਨਿਕਟ ਪਛਾਣੋ ਰੂਪ ਰੇਖ ਤੇ ਨਿਆਰਾ। ਉਹ ਨੇੜੇ ਹੋਵੇ, ਉਹ ਤੇਰੇ ਜੀਵਨ ਦਾ ਹਿੱਸਾ ਹੋਵੇ। ਤਾਂ ਸੋਚੀ ਪੈ ਗਿਆ ਮੇਰੇ ਵਿੱਚ ਤੇ ਉਹਦੇ ਵਿੱਚ ਬੜਾ ਅੰਤਰ ਹੈ, ਮੈਂ ਤਾਂ ਸੰਸਾਰੀ ਹਾਂ। ਆ ਜਿੰਨੇ ਕਰਮ ਧਰਮ ਚ ਪੈਦਾ ਹੋਏ ਨਾ, ਇਹ ਇਸ ਖਿਆਲ ਵਿੱਚੋਂ ਪੈਦਾ ਹੋਏ ਰੱਬ ਨੂੰ ਮਿਲਣਾ, ਪਰ ਕਿਵੇਂ ਮਿਲਣਾ ਇਹ ਨਾ ਜਾਣ ਸਕਿਆ। ਕਰਮ ਧਰਮ ਆਪਣੀ ਮਰਜ਼ੀ ਨਾਲ ਨਿਸ਼ਚਿਤ ਕਰਨੇ ਸ਼ੁਰੂ ਕਰ ਦਿੱਤੇ। ਹੁਣ ਇਹਨੂੰ ਪਤਾ ਲੱਗਾ ਕਿ ਮੈਲਾ ਮਲਤਾ ਹੈ ਸੰਸਾਰ, ਸੰਸਾਰ ਤਾਂ ਮੈਲਾ ਹੈ। ਸਤਿਗੁਰੂ ਨੇ ਬਾਣੀ ਵਿੱਚ ਆਖ ਦਿੱਤਾ, ਮੈਲਾ ਬ੍ਰਹਮਾ ਮੈਲਾ ਇੰਦ ਰਮ ਮੈਲਾ, ਮੈਲਾ ਹੈ ਚੰਦ, ਸਾਰਾ ਕੁਛ ਮੈਲਾ ਹੈ। ਮਾਤਾ ਜੂਠੀ ਪਿਤਾ ਬੇ ਜੂਠਾ, ਜੂਠੇ ਹੀ ਫਲ ਲਾਗੇ, ਆਵੇ ਜੂਠੇ ਜਾਏ ਬੇ ਜੂਠੇ, ਜੂਠੇ ਮਰੇ ਆ ਭਾਗੇ। ਕਹੋ ਪੰਡਿਤ ਸੂਚਾ ਕੌਣ ਥਾਓ, ਤੇ ਰੱਬ ਸੁੱਚਾ ਹੈ। ਮੈਲਾ ਮਲਤਾ ਹੈ ਸੰਸਾਰ, ਇੱਕ ਹਰ ਨਿਰਮਲ ਜੰਕਾ ਅੰਤ ਨਾ ਪਾਰ। ਮੇਰਾ ਹੁੰਦਾ ਮਿਲਾਪ ਕਿਵੇਂ ਹੋਵੇ, ਕਿਉਂਕਿ ਮਸਲਾ ਉਹਨੂੰ ਪਛਾਣਿਆ। ਮੈਂ ਆਖਰੀ ਤੁਕ 'ਤੇ ਪਹੁੰਚਦਾ ਜਾਣਾ। ਮਨੁੱਖ ਨੇ ਆਪਣੀ ਮੈਲ ਲਾਉਣ ਲਈ ਉਪਰਾਲੇ ਸ਼ੁਰੂ ਕਰ ਦਿੱਤੇ ਰੱਬ ਨੂੰ ਮਿਲਣਾ। ਇਸੇ ਲਈ ਧਰਮ ਦੇ ਖੇਤਰ ਵਿੱਚ ਆ ਤੀਰਥਾਂ ਦੀ ਯਾਤਰਾ ਅਤੇ ਸਰੋਵਰਾਂ ਦੇ ਇਸ਼ਨਾਨ ਅਤੇ ਨਦੀਆਂ ਦੇ ਇਸ਼ਨਾਨ। ਉਹਨੇ ਇਹ ਨਾ ਪਛਾਣਿਆ ਵੀ ਇਹ ਗੱਲ ਤਾਂ ਠੀਕ ਹੈ, ਉਹ ਨਿਰਮਲ ਹੈ, ਉਹਨੂੰ ਮਿਲਾਪ ਲਈ ਤੈਨੂੰ ਨਿਰਮਲ ਹੋਣਾ ਪਏਗਾ। ਪਰ ਇਹ ਨਾ ਸੋਚਿਆ ਵੀ ਉਹ ਨਿਰਮਲ ਮਨ ਕਰਕੇ ਹੈ, ਤੂੰ ਤਨ ਕਰਕੇ ਹੋਣਾ ਚਾਹੁੰਦਾ। ਜੇ ਇਸ਼ਨਾਨ ਕਰੇਗਾ ਤਨ ਤਨ ਆਏਗਾ, ਮਨ ਤਾਂ ਤੂੰ ਨਹਾਉਂਦਾ ਹੀ ਨਹੀਂ। ਸਤਿਗੁਰੂ ਨੇ ਬਾਣੀ ਵਿੱਚ ਆਖਿਆ, ਸੂਚੇ ਇਹ ਨਾ ਆਖੀਏ ਬਹਿਣ ਜੇ ਪਿੰਡਾਂ ਦੋਏ, ਸੂਚੇ ਸਹੀ ਨਾਨਕਾ ਜਿਣ ਮਨ ਵਸਿਆ ਸੋਏ। ਮਨ ਮੈਲੇ ਸਭ ਕੁਛ ਮੈਲਾ, ਤਨ ਧੋਤੇ ਮਨ ਅੱਛਾ ਨਾ ਹੋਏ।
ਮਨੁੱਖ ਮਨੁੱਖ ਅੱਛਾ ਤਾਂ ਹੋਣਾ ਚਾਹੁੰਦਾ ਸੀ, ਪਰ ਇਹ ਨਾ ਸਮਝ ਸਕਿਆ ਕਿ ਮਨ ਕਰਕੇ ਅੱਛਾ ਹੋਣਾ ਹੈ। ਇਹਨੇ ਤਨ ਨੂੰ ਸਜਾਉਣਾ ਸ਼ੁਰੂ ਕਰ ਦਿੱਤਾ, ਤਨ ਦੇ ਉੱਤੇ ਭਗਵੇ ਕੱਪੜੇ ਪਾ ਲਓ, ਤਨ 'ਤੇ ਤਨ ਦਾ ਇਸ਼ਨਾਨ ਕਰਾ ਲਓ, ਇੱਕ ਨਹੀਂ ਦੋ ਵਾਰੀ ਚਾਰ ਵਾਰੀ ਇਸ਼ਨਾਨ ਕਰਾ ਲਓ, ਬਸ ਸੁੱਚਾ ਹੋ ਗਿਆ। ਸੋ ਸਤਿਗੁਰੂ ਨੇ ਆਖਿਆ ਨਹੀਂ, ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਆਖਰੀ ਤੁਕ ਸੀ, ਕਹਿਣ ਲੱਗੇ ਭਰਿਆ ਇਸ ਪਾਣੀ ਨਾਲ ਇਸ਼ਨਾਨ ਕੀਤੇ ਹਾਂ, ਤੈਨੂੰ ਸੋਚਣੀ ਮਿਲਣੀ, ਧੋਤਾ ਨਹੀਂ ਜਾਣਾ। ਆਪਾਂ ਰੋਜ਼ ਜਪਜੀ ਸਾਹਿਬ ਵਿੱਚ ਵੀ ਪੜ੍ਹਦੇ ਹਾਂ, ਕਹਿੰਦੇ ਨੇ ਭਰੀਏ ਹੱਥ ਪੈਰ ਤਣ ਦੇ, ਤਣ ਦੇ ਭਰੀਏ ਹੱਥ ਪੈਰ ਤਣ ਦੇ, ਪਾਣੀ ਧੋਤਾ ਉਤਰ ਸਿਖੇ। ਇਹ ਕਿਸੇ ਤੀਰਥ 'ਤੇ, ਦਰਿਆ 'ਤੇ, ਕਿਸੇ ਨਦੀ ਵਿੱਚ, ਕਿਸੇ ਸਰੋਵਰ ਵਿੱਚ ਇਸ਼ਨਾਨ ਕੀਤੇ ਹਾਂ, ਇਹਦੀ ਮੈਲ ਉਤਰ ਸਕਦੀ, ਤਣ ਦੇ ਦੀ। ਕਹਿਣ ਲੱਗੇ ਭਰੀਆ ਹੱਥ ਪੈਰ ਤਣ ਦੇ, ਪਾਣੀ ਧੋਤਾ ਉਤਰ ਸਿਖੇ, ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਨ ਲਈਏ ਉਹ ਧੋਏ। ਪਰ ਕਹਿਣ ਲੱਗੇ ਇੱਕ ਖਿਆਲ ਕਰੀ, ਜਿਹੜੀ ਮਤ ਅਤੇ ਪਾਪਾਂ ਦੀ, ਗੁਨਾਹਾਂ ਦੀ, ਵਿਕਾਰਾਂ ਦੀ ਮੈਲ ਲੱਗੀ ਹੋਈ ਹੈ, ਉਹ ਕਿਸੇ ਤੀਰਥ 'ਤੇ ਨਹੀਂ ਜੇ ਉਤਰਦੀ, ਉਹ ਕਿਹਦੇ ਨਾਲ ਉਤਰਦੀ ਹੈ? ਕਹਿਣ ਲੱਗੇ ਭਰੀਆ ਮਤ ਪਾਪਾਂ ਕੇ ਸੰਗ ਉਹ ਧੋਪੈ, ਕਿਵੇਂ ਦਾ ਨਾਵੈ ਕਰੰਗ, ਉਹਨੂੰ ਧੋਣ ਲਈ ਇੱਕ ਨਾਮ ਹੀ ਨਾਮ ਹੈ, ਉਹ ਹੈ ਗੁਣ, ਪ੍ਰਭੂ ਦੇ ਗੁਣ। ਔਰ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਵੀ ਆਖਰੀ ਲਾਈਨ ਅੰਦਰ ਇਹੋ ਫੈਸਲਾ ਦਿੱਤਾ, ਕਹਿਣ ਲੱਗੇ ਭਲਿਆ ਜਿਹਦੇ ਨਾਲ ਮੈਲ ਉਤਰਨੀ ਸੀ, ਪਵਿੱਤਰ ਪਾਵਨ ਹੋਣਾ ਸੀ, ਉਹ ਤਾਂ ਤੂੰ ਸੰਭਾਲ ਨਹੀਂ ਕੀਤੀ, ਤੂੰ ਤੀਰਥਾਂ 'ਤੇ ਫਿਰਦਾ ਰਿਹਾ। ਪਾਵਨ ਨਾਮ ਜਗਤ ਮੈਂ ਹਰ ਕੋ ਪਾਵਨ ਨਾਮ ਜਗਤ ਮੈਂ ਹਰ ਕੋ ਕਬੂ ਨਾਮ ਨੂੰ ਤਾਂ ਸੰਭਾਲਿਆ ਨਹੀਂ ਜਿਹਦੇ ਨਾਲ ਪਵਿੱਤਰ ਹੋ ਸਕਦਾ ਸੈਂ, ਅਤੇ ਮਨ ਪਵਿੱਤਰ ਹੋ ਸਕਦਾ ਸੀ, ਤੂੰ ਤਨ ਨੂੰ ਧੋਂਦਾ ਫਿਰਦਾ ਰਿਹਾ। ਹੁਣ ਤਾਂ ਇੱਕੋ ਗੱਲ ਹੈ ਕਿ ਅਰਦਾਸ ਕਰ, ਸਮਾਂ ਗੁਜ਼ਰ ਗਿਆ, ਅਰਦਾਸ ਕਰ, ਅਤੇ ਅਰਦਾਸ ਕਰ, ਹੇ ਪ੍ਰਭੂ ਮੈਂ ਤੇਰੀ ਸ਼ਰਨ ਆਇਆ, ਸਾਰਾ ਸੰਸਾਰ ਤੇਰੀ ਸ਼ਰਨ ਵਿੱਚ ਹੈ, ਅਤੇ ਮੈਂ ਸੁਣਿਆ ਜੋ ਸ਼ਰਨ ਆਵੇ ਤਿਸ ਕੰਠ ਲਾਵੇ, ਇਹ ਬਿਰਧ ਸੁਆਮੀ ਸੰਦਾ, ਇਹ ਤੇਰਾ ਬਿਰਧ ਹੈ, ਇਸ ਲਈ ਮੈਂ ਤੇਰੀ ਸ਼ਰਨ ਆਇਆ, ਅੱਜ ਆਪਣੇ ਬਿਰਧ ਦੀ ਪਾਲਣਾ ਕਰਕੇ ਮੇਰੀ ਰੱਖਿਆ ਕਰ। ਕਹਿਣ ਲੱਗੇ ਨਾਨਕੇ ਸ਼ਰਨ ਪਰਿਓ ਜਗ ਬੰਦਨ, ਨਾਨਕ ਸ਼ਰਨ ਪਰਿਓ ਜਗ
ਬੰਧਨ ਰੱਖੋ ਬਿਰਦ ਤੁਮਾਰਾ ਬੜੇ ਸਪਸ਼ਟ ਲਫਜ਼ਾਂ ਵਿੱਚ ਸਮਝਾਇਆ ਨੇ, ਇੱਕ ਇੱਕ ਕਾਰਨਰ 'ਤੇ ਖਲੋ ਕੇ ਤਾਂ ਕਿ ਇਸ ਨੂੰ ਕਿਤੇ ਭੁਲੇਖਾ ਨਾ ਪੈ ਜਾਏ। ਕਰਨਾ ਕੀ ਹੈ, ਕਿਉਂ ਕਰਨਾ, ਕਿਵੇਂ ਕਰਨਾ, ਜੀਵਨ ਦੀ ਕੀ ਮੰਜ਼ਿਲ ਹੈ, ਕਿੱਥੋਂ ਛੱਡਣਾ ਹੈ, ਕਿੱਥੇ ਪਹੁੰਚਣਾ ਹੈ, ਸਭ ਕੁਝ ਸਮਝਾ ਦਿੰਦੇ ਨੇ ਗੁਰੂ ਤੇਗ ਬਹਾਦਰ ਪਾਤਸ਼ਾਹ। ਹੁਣ ਆਪਾਂ ਸਵੇਰੇ ਇਹ ਵੀ ਗੁਰੂ ਤੇ ਗੁਰੂ ਕੋਲੋਂ ਪੁੱਛਣਾ ਹੈ ਕਿ ਸਤਿਗੁਰੂ, ਜੇ ਭਲਾ ਸੰਸਾਰ ਝੂਠਾ ਹੈ, ਰਾਮ ਨਾਮ ਬਿਨ ਮਿਥਿਆ ਮਿਥਿਆ ਮਾਨੋ ਸਗਰੋ ਇਹ ਸੰਸਾਰ ਆ, ਸਾਰਾ ਸੰਸਾਰ ਮਿਥਿਆ ਹੈ, ਤਾਂ ਸੰਸਾਰ ਛੱਡ ਦਿਆਂ ਛੱਡ ਦਿਆਂ? ਗੁਰੂ ਇਹ ਵੀ ਨਹੀਂ ਕਹਿੰਦਾ। ਇਹ ਗੱਲ ਸਮਝਣੀ ਹੈ, ਅਸੀਂ ਸੰਸਾਰ ਵਿੱਚ ਕਿਵੇਂ ਰਹਿਣਾ, ਸੰਸਾਰ ਛੱਡਣਾ ਨਹੀਂ, ਸੰਸਾਰ ਵਿੱਚ ਕਿਵੇਂ ਰਹਿਣਾ, ਇਹ ਗੁਰੂ ਕੋਲੋਂ ਪੁੱਛਣਾ। ਸੋ ਕੋਸ਼ਿਸ਼ ਕਰਾਂਗੇ ਕੱਲ੍ਹ ਸਵੇਰ ਦੇ ਸਮਾਗਮ ਵਿੱਚ ਆਪਾਂ ਗੁਰੂ ਕੋਲੋਂ ਇਹ ਜਾਣੀਏ ਕਿ ਸੰਸਾਰ ਵਿੱਚ ਕਿਵੇਂ ਰਹਿਣਾ। ਇਹਨਾਂ ਸ਼ਬਦਾਂ ਨਾਲ ਖਿਮਾਂਦਾ ਜਾ ਚੁੱਕ ਹਾਂ, ਫਤਿਹ ਬੁਲਾਓ। ਮੈਂ ਸਮਝਣਾ ਅਰਦਾਸ ਦੀ ਸ਼ਕਤੀ ਹੈ, ਬੱਚਿਆਂ ਨੇ ਤੁਸਾਂ ਮਿਲ ਕੇ ਅਰਦਾਸ ਕੀਤੀ, ਮੈਂ ਹੈਰਾਨ ਹੁੰਦਾ ਗੁਰੂ ਨੇ ਦਿਨਾਂ ਵਿੱਚ ਫਿਰ ਦਿਨਾਂ ਦੇ ਅੰਦਰ ਹੀ ਸਮਰੱਥਾ ਦਿੱਤੀ ਮੈਂ ਹਾਜ਼ਰੀ ਭਰ ਸਕਾਂ। ਸੋ ਗੁਰੂ ਬਖਸ਼ਿਸ਼ ਕਰੇ, ਇਹਨਾਂ ਸ਼ਬਦਾਂ ਨਾਲ ਖਿਮਾਂਦਾ ਜਾ ਚੁੱਕਾਂ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।